ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ ਯੂਟਿਊਬ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਸ਼ਹੀਦ ਗੰਜ, ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਜੋ ਕਿ ਪਿੰਡ ਨੂਰ ਦੀ ਵਿਖੇ ਸਥਿਤ ਆ। ਅੱਜ ਆਪਾਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ, ਸਾਡੀ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ, ਨਾਲ ਹੀ ਆਪਾਂ ਤੁਹਾਨੂੰ ਉੱਥੋਂ ਦਾ ਇਤਿਹਾਸ ਮਿਲਣ ਨੂੰ ਕਰਾਵਾਂਗੇ ਅਤੇ ਜਿਹੜੇ ਵੀ ਨਵੇਂ ਆਏ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਇਸ ਸਥਾਨ ਦਾ ਇਤਿਹਾਸ ਜਾਣਦੇ ਹਾਂ। ਤੁਸੀਂ ਇਸ ਦਾ ਇਤਿਹਾਸ ਪੜ੍ਹ ਸਕਦੇ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਬਾਹਰ ਲੱਗਾ ਹੋਇਆ, ਬਿਲਕੁਲ ਰੋਡ ਦੇ ਉੱਪਰ ਹੀ। ਇਤਿਹਾਸ ਪੜ੍ਹਨ ਤੋਂ ਬਾਅਦ ਆਪਾਂ ਹੁਣ ਦਰਬਾਰ ਦੇ ਦਰਸ਼ਨ ਕਰਾਂਗੇ। ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਹੈ। ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ। ਇੱਧਰ ਜੋੜਾ ਘਰ ਬਣਿਆ ਹੋਇਆ ਅਤੇ ਇੱਧਰ ਤੁਸੀਂ ਦੇਖ ਸਕਦੇ ਜੀ ਬਾਬਾ ਬੋਤਾ ਸਿੰਘ ਜੀ ਸ਼ਹੀਦ ਅਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਦੀਆਂ ਕੁਝ ਉਸ ਵੇਲੇ ਦੇ ਚਿੱਤਰ ਬਣੇ ਹੋਏ ਆ। ਇਹਦੇ ਵੀ ਆਪਾਂ ਤੁਹਾਨੂੰ ਬਾਅਦ ਦਰਸ਼ਨ ਕਰਾਵਾਂਗੇ। ਹੁਣ ਪਹਿਲਾਂ ਆਪਾਂ ਦਰਬਾਰ ਦੇ ਦਰਸ਼ਨ ਕਰਦੇ ਹਾਂ। ਇਹਨਾਂ ਮੂਰਤੀਆਂ ਰਾਹੀਂ ਤੁਸੀਂ ਉਸ ਸਮੇਂ ਦੇ ਦ੍ਰਿਸ਼ ਦੇਖ ਸਕਦੇ ਜੇ ਜਦੋਂ ਕਿ ਉਹ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਸਾਰਿਆਂ ਟੈਕਸ ਵਸੂਲ ਕਰਦੇ ਸੀਗੇ। ਇਹ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਵੱਲੋਂ ਬਣਾਏ ਹੋਏ ਥੋੜ੍ਹੇ ਚਿੱਤਰ ਵੇਖ ਸਕਦੇ ਜੇ। ਜਿਵੇਂ ਕਿ ਇਤਿਹਾਸ ਦੇ ਦੱਸਿਆ ਜਾਂਦਾ ਵੀ ਬਾਬਾ ਜੀ ਦੀ ਲੱਤ 'ਤੇ ਤਲਵਾਰ ਦਾ ਵਾਰ ਹੋਇਆ ਸੀ ਅਤੇ ਖੂਨੋਂ ਵਗਦਾ ਪਿਆ ਸੀ, ਤਾਂ ਵੀ ਲੜਦੇ ਸੀਗੇ। ਉਹ ਤੁਸੀਂ ਦੇਖ ਸਕਦੇ ਜੀ ਉੱਦਾਂ ਹੀ ਬਣਾਇਆ ਹੋਇਆ। ਲਓ ਜੀ, ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਆਏ ਹਾਂ ਅਤੇ ਹੁਣ ਆਪਾਂ ਇੱਧਰ ਗੁਰਦੁਆਰਾ ਸਾਹਿਬ ਦੀ ਇੱਕ ਹੋਰ ਇਮਾਰਤ ਬਣੀ ਹੋਈ ਹੈ ਜੋ ਕਿ ਪਹਿਲਾਂ ਗੁਰਦੁਆਰਾ ਸਾਹਿਬ ਹੁੰਦਾ ਸੀਗਾ। ਹੁਣ ਆਪਾਂ ਉੱਧਰ ਵੀ ਤੁਹਾਨੂੰ ਦਿਖਾਉਣੇ ਆ। ਆ ਤੁਸੀਂ ਦੇਖ ਸਕਦੇ ਜੀ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਸਾਹਿਬ ਅਤੇ ਨਾਲ ਹੀ ਇੱਧਰ ਲੰਗਰ ਹਾਲ ਬਣਿਆ ਹੋਇਆ, ਗੁਰੂ ਕਾ ਲੰਗਰ। ਸੰਗਤਾਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਨੇ, ਆਪਾਂ ਵੀ ਦੇਖ ਸਕਦੇ ਜੀ।
ਇੱਧਰ ਜੀ ਬਣਿਆ ਹੋਇਆ ਭਾਂਡੇ ਮਾਂਜਣ ਵਾਸਤੇ, ਜੋ ਵੀ ਟੂਟੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਜੀ। ਅਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਜੀ ਇੱਧਰ ਗੁਰੂ ਨਾਨਕ ਦੇਵ ਅਕੈਡਮੀ ਵੀ ਬਣੀ ਹੋਈ ਆ ਬੱਚਿਆਂ ਵਾਸਤੇ, ਤੁਸੀਂ ਦੇਖ ਸਕਦੇ ਜੀ। ਇਹ ਅਕੈਡਮੀ ਆ ਜੀ, CBSE ਬੋਰਡ ਆ। ਇੱਧਰ ਸੰਗਤਾਂ ਵੱਲੋਂ ਜੀ ਠੰਡੇ ਮਿੱਠੇ ਜਲ ਦੀ ਛਬੀਲ ਵੀ ਲੱਗੀ ਹੋਈ ਆ, ਜੋ ਕਿ ਆਉਂਦੇ ਜਾਂਦੀਆਂ ਸੰਗਤਾਂ ਨੂੰ ਛਕਾ ਰਹੇ ਆ। ਗਰਮੀ ਬਹੁਤ ਜ਼ਿਆਦਾ ਆ ਅਤੇ ਆਉਂਦੀਆਂ ਜਾਂਦੀਆਂ ਸੰਗਤਾਂ ਇੱਥੋਂ ਜਲ ਛੱਕ ਕੇ ਰਾਤ ਦਾ ਸਫ਼ਰ ਤੈਅ ਕਰਦੀਆਂ ਨੇ, ਦੇਖ ਸਕਦੇ ਤੁਸੀਂ। ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਬਾਹਰ ਇਹ ਜੀ ਬਾਬਾ ਬੋਤਾ ਸਿੰਘ ਜੀ ਸ਼ਹੀਦ ਅਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਦਾ ਚਿੱਤਰ ਤੁਸੀਂ ਦੇਖ ਸਕਦੇ, ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਸਾਹਮਣੇ, ਬਾਹਰਲੀ ਸਾਈਡ ਬਣਿਆ ਹੋਇਆ ਇਹ।